ਕਰੋ ਕਿਉਂ ਅੱਲਾਹ ਰਸੂਲ ਤੇ ਬੁਤਾਨ ਲਾਉਂਦੇ ਜੇ? ਅੱਲਾਹ ਦਾ ਰਸੂਲ ਖੁਦਾ ਨੂੰ ਵੇਖ ਲੈਂਦਾ, ਨੇਕੀਆਂ ਸਾਰੀਆਂ ਖਤਮ ਹੋ ਜਾਣੀਆਂ, ਫਿਰ ਨੇਕੀਆਂ ਆਪ ਜੀ ਦਾ ਮੁਲਕ ਦਾ ਸੀ ਰੱਬ ਸਾਹਮਣੇ ਆ ਗਿਆ। ਨੇਕੀ ਦੀ ਕਦਰ ਹੀ ਤਾਂ ਜਾਵੇ, ਮਾਲਕ ਨਹੀਂ ਦਿਸਦਾ, ਨੌਕਰਾਂ ਨੇ ਉਹਦੇ ਹੁਕਮ ਦੀ ਤਾਮੀਲ ਕਰਨੀ। ਫਿਰ ਇਨਾਮ ਮਿਲਣੇ ਆ ਕਿ ਮੈਨੂੰ ਨਹੀਂ ਤੁਸੀਂ ਵੇਖਦੇ। ਇਨ ਅੱਲਾਦੀਨ ਯਖਸ਼ਾਉਨ ਰੱਬਹੁਮ ਬਿਲਗੈਬ, ਬਿਨ ਦੇਖਿਆ ਉਹ ਤੋਂ ਡਰ ਰਿਹਾ। ਸਾਰੀ ਖੂਬੀ 'ਚ ਸਾਹਮਣੇ ਜਿਸ ਦਿਨ ਕਿਆਮਤ ਦੇ ਦਿਨ ਆ ਜਾਣਾ, ਉਹਦੇ ਕੁਰਾਨ ਦਾ ਕਾਫਰਾਂ ਵੀ ਆਖਿਆ ਰੱਬਾ ਨਾ ਸਮੇਂ ਨਾ ਵਾਪਸਰ ਨਾ, ਅਸਾਂ ਹੁਣ ਦੇਖ ਲਿਆ ਅਤੇ ਨਜ਼ਰ ਆ ਗਿਆ, ਤੂੰ ਮੁੜ ਕੇ ਕੱਲ੍ਹ ਨੇਕੀਆਂ ਕਰੇਂਗੀ। ਅੱਲਾਹ ਫਰਮਾਏ ਕਦੀ ਹੋ ਸਕਦੀ ਗੱਲ? ਜਿਹੜਾ ਅਸਰ ਕੰਮ ਸੀ ਕਿ ਬਿਨ ਦੇਖਿਆ ਮੰਨੋ, ਉਹ ਤੁਸੀਂ ਕਰ ਨਹੀਂ ਸਕੇ। ਇਸ ਤੋਂ ਇਹ ਪਹਿਚਾਣ ਤਾਂ ਹੋਣੀ ਕੋਈ ਨਹੀਂ ਵੀ ਮੁਰਸ਼ਿਦ ਨੂੰ ਪਹਿਚਾਣ ਲਾ ਇਹਦੀ ਸ਼ਕਲ ਜੀ, ਰੱਬ ਇਹ ਕਾਫਰਾਂ ਦੀਆਂ ਗੱਲਾਂ। ਅੱਲਾਹ ਜਿਹੜਾ ਪਰਿਓਂ ਪਰੇ, ਅੱਲਾਹ ਤੁਦਰੇ ਕੋਲ ਅਬਸਾਰ ਵਹੋ ਯੁਦਰੇ ਕੋਲ ਅਬਸਾਰ, ਅੱਖਾਂ ਦਾ ਕੰਮ ਨਹੀਂ ਕਿ ਉਹ ਖੁਦਾ ਨੂੰ ਪਾਲਣ, ਉਹ ਸਾਰੇ ਜਹਾਨਾਂ ਨੂੰ ਵੇਖਦਾ, ਉਹਨੂੰ ਨਹੀਂ ਕੋਈ ਵੇਖਦਾ। ਇਸ ਦੁਨੀਆਂ 'ਚ ਇਹੋ ਹਾਲ, ਮਗਰ ਕੁਦਰਤਾਂ ਨਾਲ ਆਪਣੇ ਕੰਮਾਂ ਨਾਲ ਬਿਲਕੁਲ ਸਾਹਮਣੇ। ਮੈਂ ਔਰ ਤੁਸੀਂ ਤਾਜ ਮਹਿਲ ਬਣਾਉਣ ਵਾਲਾ ਨਹੀਂ ਵੇਖਿਆ, ਸਦੀਆਂ ਹੋ ਗਈਆਂ, ਮਰ ਗਿਆ ਹੋਊਗਾ ਮਿਸਤਰੀ, ਉਦੋਂ ਹੀ ਖਤਮ ਹੋ ਗਿਆ। ਮਗਰ ਉਹਦੇ ਕੀਤੇ ਕੰਮ ਨੂੰ ਵੇਖ ਕੇ ਪੂਰੀ ਦੁਨੀਆ ਹੈਰਤ 'ਚ ਅਤੇ ਦੰਗ ਆ ਵੀ ਯਾਰ ਬੜਾ ਕੋਈ ਮਾਹਿਰ ਫਨ ਸੀ। ਇਸ ਤੋਂ ਆਸਾਰ ਤੋਂ ਮੌਸਰ ਤੱਕ ਪਹੁੰਚਣਾ ਕਿ ਬਣਾਈ ਸ਼ੈ ਨੂੰ ਵੇਖ ਕੇ ਕਾਰੀਗਰ ਦਾ ਅੰਦਾਜ਼ਾ ਕਰੋ ਕਿ ਕਿੰਨੀਆਂ ਖੂਬੀਆਂ ਵਾਲਾ। ਇਸ ਤੋਂ ਅਲਾਵਾ ਰੱਬੁਲ ਆਲਮੀਨ ਹੈ ਸੂਫੀਆਂ 'ਚ ਮਸ਼ਹੂਰ, ਹਦੀਸ ਹਦੀਸ ਨਹੀਂ ਹੈ ਜੈਸਾ ਇਬਨ ਤੈਮੀਆ ਦੇ, ਮਗਰ ਮੁੱਲਾ ਅਲੀ ਕਾਰੀ ਰਹਿਮਤੁਲ੍ਲਾਹ ਫਰਮਾਉਂਦੇ ਹੈਗਾ ਤਾਂ ਕੁਰਾਨ ਹੀ, ਜੋ ਕੁਛ ਕੁਰਾਨ ਦਾ ਗੱਲ ਉਹੀ ਹੈ, ਸਿਰਫ ਇੱਕ ਲਫ਼ਜ਼ ਜਿਹੜਾ ਬੋਲਦੇ ਕੁੰਨ ਤੋਂ ਕੰਨ ਦਾ ਮਖਫੀਆਂ। ਅੱਲਾਹ ਫਰਮਾਉਂਦਾ ਮੈਂ ਇੱਕ ਛੁਪਿਆ ਖਜ਼ਾਨਾ ਸੀ, ਫਹਬਬ ਤੁਨ ਔਰਫਾ, ਮੈਨੂੰ ਫਿਰ ਸ਼ੌਕ ਹੋਇਆ, ਮੈਂ ਪਸੰਦ ਕੀਤਾ ਕਿ ਦੁਨੀਆ ਮੈਨੂੰ ਪਹਿਚਾਣੇ, ਮੇਰਾ ਕਿਸੇ ਨੂੰ ਪਤਾ ਵੀ ਲੱਗਣਾ ਚਾਹੀਦਾ। ਫਖਰਤੁਲ ਖਲਕ, ਮੈਂ ਦੁਨੀਆ ਬਣਾਤੀ, ਇਹ ਕੁਰਾਨੇ ਮਜੀਦ ਤੋਂ ਪੜੂੰਗਾ ਅੱਲਾਹ ਦਾ, ਇਹ ਸਾਰਾ ਜਹਾਨ ਜਿਹੜੇ ਬਣੇ ਜ਼ਮੀਨੋਂ ਅਸਮਾਨ 'ਤੇ ਤੁਸੀਂ ਕਦ ਲਈ ਬਣੇ? ਮੈਂ ਆਪਣੀ ਤਾਕਤ ਵਿਖਾਈ ਹੈ, ਮੇਰਾ ਕਿਵੇਂ ਪਤਾ ਲੱਗਦਾ ਵੀ ਕੋਈ ਖੁਦਾ ਵੀ ਹੈ? ਸੂਰਾ ਤਲਾਕ, ਸੂਰਾ ਤਲਾਕ ਜਦੋਂ ਖਤਮ ਹੁੰਦੀ ਉਹਦੇ ਆਖਰ 'ਤੇ ਅੱਲਾਹ ਤਾਲਾ ਫਰਮਾਉਂਦਾ ਕਿ ਅਸਮਾਨਾਂ ਨੂੰ ਅੱਲਾਹ ਤਾਲਾ ਨੇ ਸੱਤ ਬਣਾਇਆ, ਜ਼ਮੀਨਾਂ ਬਣਾਈਆਂ, ਬਿਲਕੁਲ ਸੂਰਾ ਤਲਾਕ ਦੀ ਆਖਰੀ ਹੈ। ਅੱਲਾਹ ਉੱਲਜ਼ੀ ਖਲਕਾ ਸਬਅ ਸਮਾਵਾਤਿਨ ਵਮਿਨ ਅਲ-ਅਰਜ਼ ਮਿਸਲਹੁ, ਅੱਲਾਹ ਉਹ ਆ ਜਿਹਨੇ ਸੱਤ ਅਸਮਾਨ ਬਣਾਇਆ ਆ, ਸਾਨੂੰ ਇੱਕ ਵੀ ਨਹੀਂ ਅਜੇ ਤੱਕ ਲੱਭਾ, ਇਹ ਪਹਿਲਾਂ ਹੀ ਨਹੀਂ ਕਿਸੇ ਦੇ ਕਾਬੂ ਆਇਆ। ਇਹ ਹੀ ਦੂਰਬੀਨਾਂ ਇਜਾਦ ਹੋਣੀਆਂ ਸਾਰੇ ਹਾਰ ਮੰਨਦੇ ਵੀ ਯਾਰਾ ਸਿਤਾਰੇ ਹੀ ਵਿਹਨੇ ਆ, ਅਸਮਾਨ ਨਹੀਂ ਅਜੇ ਲੱਭਾ ਵੀ ਉਹ ਕਿਤੀ ਜਦ ਕਿੱਥੇ, ਅਤੇ ਉਦੋਂ ਪਰੇ ਹੋਰ ਇੰਨੇ ਹੀ ਫਾਸਲੇ 'ਤੇ ਜਿੰਨੀ ਜ਼ਮੀਨ ਅਸਮਾਨ 'ਤੇ, ਇੰਨਾ ਹੀ ਪਰੇ ਦੂਸਰਾ ਅਸਮਾਨ, ਇੰਨਾ ਹੀ ਪਰੇ ਅਗਲਾ। ਇਸੀ ਉਦੋਂ ਸ਼ਬ ਮੈਂ ਉਲਝ ਕਰਨਾ ਰਹਿ ਜਾ, ਜ਼ਮੀਨ ਔਰ ਵੀ ਹੈ, ਅਸਮਾਨ ਔਰ ਵੀ ਹੈ, ਅੱਲਾਹ ਤਾਲਾ ਨੇ ਜਿਹੜੀ ਦੁਨੀਆ ਬਣਾਈ ਕੌਣ ਘੇਰ ਸਕਦਾ? ਉਹ ਇਸ ਜਹਾਨ ਨੂੰ ਸੰਭਾਲ ਸਕਦਾ? ਪਰ ਮੈਂ ਸੱਤ ਅਸਮਾਨ ਬਣਾਏ, ਵਾ ਮੈਂ ਨਾਲ ਅਰਜ਼ ਮਿਸਲਾ ਹੁੰਦਾ, ਔਰ ਉਹਨਾਂ ਦੀ ਤਰ੍ਹਾਂ ਹੀ ਜ਼ਮੀਨਾਂ ਬਣਾਈਆਂ, ਜ਼ਮੀਨਾਂ ਵੀ ਸੱਤ ਹੀ ਆ, ਉਹ ਵੀ ਨਹੀਂ ਸਾਡੇ ਇਲਮ 'ਚ ਜੋ ਕਿੱਥੇ ਅੱਜ ਕਿੱਥੇ ਨਹੀਂ, ਅਸੀਂ ਇੱਕ ਹੀ ਨਹੀਂ ਪੂਰੀ ਮਾਪ ਸਕੇ। ਜਾਂ ਤਾਂ ਨਜ਼ਲ ਉਲ ਅਮਰੋ ਬੈਨਾ ਹੁੰਦਾ, ਇਹਨਾਂ ਅਸਮਾਨਾਂ ਔਰ ਜ਼ਮੀਨਾਂ 'ਚ ਹਰ ਵਕਤ ਉਹਦਾ ਹੁਕਮ ਆ ਰਿਹਾ, ਹਰ ਸ਼ੈ ਨੂੰ ਆਰਡਰ ਦੇ ਰਿਹਾ ਵੀ ਤੂੰ ਆਹ ਕਰਾ ਕਰ। ਇਹ ਸਾਰਾ ਕੰਮ ਕਿਉਂ ਆ? ਉਹ ਸੂਫੀ ਵਾਲੀ ਗੱਲ ਕਿ ਦੁਨੀਆ ਮੈਂ ਬਣਾਈ ਆ ਤਾਂ ਕਿ ਲੋਕ ਮੈਨੂੰ ਪਹਿਚਾਣ, ਮੇਰਾ ਕਿਸੇ ਨੂੰ ਪਤਾ ਲੱਗੇ ਵੀ ਮੈਂ ਕਿਸ ਤਾਕਤ ਦਾ ਮਾਲਕ ਹਾਂ, ਕਿੰਨੇ ਇਲਮ ਦਾ ਮਾਲਕ ਹਾਂ। ਯਾਨੀ ਇਸ ਤਰ੍ਹਾਂ ਸਮਝੋ ਜਿਵੇਂ ਆਰਟ ਗੈਲਰੀ ਹੁੰਦੀ ਹੈ, ਉੱਥੇ ਆਰਟਿਸਟ ਆਪਣੀਆਂ ਬਣਾ ਕੇ ਤਸਵੀਰਾਂ ਦੂਸਰੇ ਨਮੂਨੇ ਰੱਖ ਦਿੰਦਾ, ਦੁਨੀਆ ਜ਼ਿਆਦਾ ਕਿਵੇਂ ਜੀ ਵੀ ਯਾਰ ਬੜਾ ਮਾਹਿਰ, ਬਹੁਤ ਬੜਾ ਸਨਾਰ ਕਾਰੀਗਰ। ਇਹ ਜਹਾਨ ਵੀ ਅੱਲਾਹ ਤਾਲਾ ਨੇ ਇੱਕ ਐਸਾ ਹਾਲ ਬਣਾ ਦਿੱਤਾ ਵੀ ਇੱਥੇ ਕਿਧਰੇ ਕੋਈ ਸ਼ੈ ਖੜੀ ਆ, ਕਿਧਰੇ ਅਸਮਾਨ ਖੜੇ ਆ, ਪਹਾੜ ਖੜੇ ਆ, ਸਮੁੰਦਰ, ਅਣਗਿਣਤ ਜਾਨਵਰ, ਇਹਨਾਂ 'ਚ ਇੱਕ ਸ਼ੈ ਨੂੰ ਕੁਦਾਨ ਆਉਂਦਾ ਆ ਯਾ ਤੁਲਾ, ਤੁਸੀਂ ਇਹਨਾਂ ਨੂੰ ਸਿਰਫ ਇਹ ਬਹਿੰਦੇ ਘੋੜਾ ਸਾਹਮਣੇ ਆ, ਬੱਕਰੀ ਆਈ, ਇਹ ਸਭ ਆਪ ਰੱਬ ਦੀ ਨਿਸ਼ਾਨੀਆਂ। ਇਹਦੇ 'ਚ ਨਜ਼ਰ ਮਾਰ, ਇਹਨੂੰ ਬਾਅਦ 'ਚ ਵੇਖ, ਪਹਿਲਾਂ ਰੱਬ ਵੱਲ ਨਜ਼ਰ ਦੌੜਾ ਕਿ ਬਣਾਉਣ ਵਾਲਾ ਕਿਹੜਾ ਜਿੰਨੇ ਇਹਨਾਂ ਖੂਬੀਆਂ ਦਾ ਮਾਲਕ। ਵਫੀ ਅਨਫੁਸਿਕੁਮ ਅਫਲਾ ਤੁਬਸਿਰ, ਅੱਲਾਹ ਆਂਦਾ ਤੁਹਾਨੂੰ ਅਸਮਾਨ ਨਹੀਂ ਨਜ਼ਰ ਆਉਂਦੇ, ਜ਼ਮੀਨ ਨਹੀਂ ਆਉਂਦੀ, ਜਾਂਦੇ ਪੈਦਾ ਹੋ ਜਾਏ ਆਪਣਾ ਆਪ ਵੀ ਨਹੀਂ ਨਜ਼ਰ ਆਉਂਦਾ। ਆਪਣੀ ਮਾਂ ਨੂੰ ਪੁੱਛ ਲਾ ਬੇ ਕਤਰਾ ਪਾਣੀ ਪੇਟ ਗਿਆ ਸੀ, ਤੂੰ ਕੀ ਬਣ ਕੇ ਨਿਕਲਾਂ?
ਦੁਨੀਆਂ ਦਾ ਕੋਈ ਕਾਰੀਗਰ ਇਹੋ ਜਿਹੀ ਇਜਾਦ ਬਣਾ ਸਕਦਾ? ਤੇਰੇ ਕੰਨ ਲੱਗ ਗਏ, ਅੱਖਾਂ ਲੱਗੀਆਂ, ਦਿਮਾਗ ਲੱਗ ਗਿਆ, ਹੈਰਾਨ ਹੁੰਦੀ ਦੁਨੀਆ ਵੀ ਯਾਰ ਇਹ ਪਾਣੀ ਦਾ ਕਚਰਾ ਜਿਹੜਾ ਬੋਲ ਰਿਹਾ, ਇਹ ਸਾਇੰਸਦਾਨ ਉਹ ਐਟਮ ਬਣਾਉਣ ਨੂੰ ਜਿਹੜਾ ਇੱਕ ਪਾਣੀ ਦੀ ਬੂੰਦ ਹੈ। ਫਰਮਾਇਆ ਤੂੰ ਆਪਣੇ ਆਪ ਨੂੰ ਵੇਖ, ਆਫਲਾ ਤੁਸਨ, ਤੁਹਾਨੂੰ ਆਪਣਾ ਵੀ ਨਹੀਂ ਨਜ਼ਰ ਆਉਂਦਾ। ਇਸ ਤੋਂ ਜ਼ਰਾ ਜ਼ਰਾ ਖੁਦਾ ਦੀ ਨਿਸ਼ਾਨੀ ਹੈ, ਹਰ ਸ਼ੈ ਪਤਾ ਦੇ ਰਹੀ ਹੈ ਬੜਾ ਜਿਹੜਾ ਮੌਜੂਦ ਹੈ। ਵਫੀ ਕੁੱਲ ਸ਼ੈਰ ਲਹੂ ਆਇਆ ਤੁਨ ਤਦੁੱਲੋ ਅਲਾ ਨਵਾਜ, ਇੱਕ ਇੱਕ ਪੱਤਾ ਜਿਹੜਾ ਉਗਰਿਆ ਨਾ ਉਹ ਵੀ ਤੈਨੂੰ ਦੱਸਦਾ ਪਿਆ ਤੂੰ ਮੇਰੇ ਬਣਾਉਣ ਵਾਲਾ ਬੜੀ ਖੂਬੀਆਂ ਦਾ ਮਾਲਕ। ਇਹ ਪਤਾ ਲੱਗਦਾ ਜਦੋਂ ਲੈਬਾਰਟਰੀ ਜਾਏ ਅਤੇ ਖੁਰਦਮੀਨ ਲਾ ਕੇ ਪੱਤੇ ਨੂੰ ਵੇਖਿਆ ਇਹ ਜਹਾਨ ਵਸਣ ਰਿਹਾ, ਪੱਤਾ ਨਹੀਂ ਕਿਵੇਂ ਸਾਹ ਲੈਂਦਾ ਅਤੇ ਕਿਵੇਂ ਮੇਰੀ ਤੁਹਾਡੀ ਤਰ੍ਹਾਂ ਜ਼ਿੰਦਾ। ਅਗਰ ਇੱਥੇ ਚਿਕਨਾਈ ਤੁਸੀਂ ਮਰ ਦਿਓ ਭਾਵੇਂ ਦਰਖਤ ਨਾ ਲੱਗਾ, ਸਾਹ ਬੰਦ ਹੋ ਜਾਣੇ ਨੇ, ਮਰ ਜਾਣ, ਉਹ ਸਾਹ ਲੈਣ ਦਾ ਉਹਦਾ ਰਸਤਾ ਹੀ ਮੁੱਕ ਗਿਆ। ਔਰ ਦਰਖਤਾਂ 'ਚ ਐਸੇ ਆ ਜਿਹੜੇ ਮੁਹੱਬਤ ਵੀ ਕਰਦੇ ਆ ਔਰ ਗਮਗੀਨ ਵੀ ਹੁੰਦੇ। ਇਲਮ ਅੱਗੇ ਤੋਂ ਅੱਗੇ ਜਾ ਰਿਹਾ, ਦੱਸ ਰਿਹਾ ਵੀ ਕਿਹਨਾਂ ਨੂੰ ਤੁਸੀਂ ਸਮਝਦੇ ਬੇਜਾਨ, ਇਹ ਤੁਹਾਡੇ ਲਈ ਬੇਜਾਨ ਨਜ਼ਰ ਆਉਂਦੇ। ਬਾਹ ਮਨੋ ਤੂੰ ਮੁਰਦਾ ਬਾਹ ਦਿੰਦਾ, ਕੁਰਾਨ ਜਿਹੜਾ ਆਉਂਦਾ ਸਾਰੇ ਤਸਬੀਹ ਕਰ ਰਿਹਾ, ਤੁਹਾਨੂੰ ਨਹੀਂ ਸਮਝ ਆਉਂਦੀ ਇਹ ਸਭ ਥਾਂ ਥਾਂ ਪੱਥਰ ਔਰ ਕੀੜੇ ਮਕੌੜੇ ਅਸਮਾਨ ਜ਼ਮੀਨ ਦੀ ਅਰਸ਼ ਹੈ। ਸੁਭਾਨ ਅੱਲਾਹ ਵ ਬਿਹਮਦੀ, ਸੁਭਾਨ ਅੱਲਾਹ ਅਜ਼ੀਮ ਕਹਿ ਰਹੀ। ਫਰਮਾਇਆ ਮੈਂ ਬਣਾਏ ਜਹਾਨ, ਹੁਕਮ ਮੇਰਾ ਇਹਨਾਂ ਛੱਡ ਦੇ ਚੱਲ ਰਿਹਾ, ਲਿਤਾ ਲਾਮੂ ਅਨ ਅੱਲਾਹ ਅਲਾ ਕੁੱਲ ਸ਼ੈਅ ਕਦੀਰ, ਇਹ ਸਾਰਾ ਇਸ ਤਰ੍ਹਾਂ ਕਾਰਖਾਨਾ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਅੱਲਾਹ ਤਾਲਾ ਜੋ ਚਾਹੇ ਕਰ ਸਕਦਾ। ਇਹ ਕੁਦਰਤ ਦਾ ਪਤਾ ਲੱਗੇ ਕਿ ਕਾਦਰੇ ਮੁਤਲਕਿਆ ਖੁਦਾ ਅੱਜ ਦਰਬੇ ਬਸ ਨਹੀਂ ਅਸਮਾਨ ਬਣਾ ਸਕਦਾ ਨਹੀਂ। ਤਦੇ ਅੱਲਾਹ ਪਾਕ ਨੇ ਆਖਿਆ ਜਿਹੜੇ ਆਉਂਦੇ ਅਸੀਂ ਮਰ ਜਾਂਗੇ ਮਿੱਟੀ ਹੋਵੇ, ਕੌਣ ਬਣਾਊਗਾ? ਫਰਮਾਇਆ ਸ਼ਰਮ ਕਰੋ ਜਿਹਨੇ ਅਸਮਾਨ ਖੜ੍ਹੇ ਕਰ ਦਿੱਤੇ, ਐਡੇ ਐਡੇ ਪਹਾੜ ਖੜ੍ਹੇ ਕਰੇ, ਤੂੰ ਕੀੜਾ ਨਹੀਂ ਉਸਕੋ ਦੁਬਾਰਾ ਬਣ ਸਕਦਾ। ਵਨ ਅੱਲਾ ਕਦ ਹਾਤਬ ਕੁੱਲ ਸ਼ੈਨ ਅੱਲਾ, ਇੱਕ ਇਹ ਪਤਾ ਲੱਗੇ ਕਿ ਰੱਬ ਜੋ ਚਾਹੇ ਕਰ ਸਕਦਾ, ਉਹਦਾ ਕਾਦਰ ਹੋਣਾ ਪਤਾ ਲੱਗੇ, ਔਰ ਦੂਸਰਾ ਇਸ ਸ਼ੈ ਦੀ ਖਬਰ ਹੋ ਜਾਏ ਕਿ ਅੱਲਾਹ ਤਾਲਾ ਦੇ ਇਲਮ 'ਚ ਹਰ ਸ਼ੈ ਆ। ਕੁਦਰਤ ਔਰ ਇਲਮ ਦੋ ਸ਼ੈਆਂ ਦਾ ਮੁਜ਼ਾਹਰਾ ਕਰ ਲਈ ਦੁਨੀਆ ਬਣਾਈ ਹੈ। ਔਰ ਮਿਰਜ਼ਾ ਗਾਲਮ ਮਰੂਮ ਨੇ ਬੜੀ ਪਿਆਰੀ ਬਾਤ ਕਹੀ, ਦਹਰ ਜੋ ਜਲਵਾ ਇਕਤਾ ਹੀ ਹੈ ਮਹਬੂਬ ਨਹੀਂ, ਇਹ ਦੁਨੀਆ ਪੁੱਛੋ ਕੀ ਹੈ ਕਿਉਂ ਬਣਾਈ, ਰੱਬ ਨੇ ਇੱਕੋ ਹੀ ਜਵਾਬ ਹੈ, ਇਹ ਸਿਰਫ ਯਾਰ ਨੇ ਆਪਣੇ ਜਲਵੇ ਦਿਖਾਉਣੇ ਚਾਹੇ, ਆਪਣੀਆਂ ਸ਼ਾਨਾਂ ਦਿਖਾਉਣੀਆਂ ਚਾਹੀਆਂ ਵੀ ਮੇਰੇ ਕੀਤੇ ਕੰਮਾਂ 'ਚ ਰੱਬ ਕਿ ਰੱਬ ਕਿਹਨਾਂ ਤਾਕਤਾਂ ਦਾ ਮਾਲਕ ਹੈ। ਦਹਰ ਜੋ ਜਲਵਾ ਇਕਤਾ ਹੀ ਹੈ ਮਹਬੂਬ ਨਹੀਂ, ਉਹ ਬੇਨਿਆਜ਼ ਮਹਬੂਬ ਜਿਹੜਾ ਉਹ ਆਪ ਆਪਣੀ ਸ਼ਾਨ ਦਿਖਾ ਰਿਹਾ, ਹਰ ਸ਼ਹਿ 'ਚ ਜਲਵਾ ਕਰ ਰਿਹਾ। ਔਰ ਸ਼ੇਖ ਅਕਬਰ ਆਉਂਦਾ ਸ਼ਾਮ ਨੂੰ ਜਦੋਂ ਤੂੰ ਖਾਣਾ ਖਾਣ ਬਹਿਣਾ ਉਸ ਵਿੱਚ ਤੇਰੀ ਰੱਬ ਨਾਲ ਮੁਲਾਕਾਤ ਹੁੰਦੀ ਕਿ ਨਹੀਂ? ਹਦੀਸੇ ਪਾਕ ਚਾਹੁੰਦਾ ਕਿ ਰੋਜ਼ਾਦਾਰ ਜਦੋਂ ਰੋਜ਼ਾ ਖੋਲ੍ਹੇ ਆਪਣੇ ਰੱਬ ਨੂੰ ਮਿਲੇ ਤਾਂ ਖੁਸ਼ੀਆਂ ਆਉਂਦੀਆਂ ਦੋ। ਰੱਬ ਨੂੰ ਮਿਲਣ ਦਾ ਕਿਆਮਤ ਦਾ ਨਹੀਂ ਆਖਿਆ, ਖੁਦ ਰੋਟੀ ਜਿਹੜੀ ਅੱਗੇ ਆਉਂਦੀ ਹੈ ਉਸੇ ਰੱਬ ਦੀ ਮੁਲਾਕਾਤ ਹੁੰਦੀ। ਤੂੰ ਜਦੋਂ ਸ਼ਾਮ ਨੂੰ ਅੱਗੇ ਰੱਖਦਾ ਉਸੇ ਨਹੀਂ ਪਤਾ ਲੱਗਦਾ ਫਲ ਜਾਂਦਾ ਇਨਸਾਨ ਹੈ ਲਾਤਾ ਮੈਂ ਸੂਰਾ ਵਾਕਿਆ ਸੂਰਾ ਆਬਾ ਸਾਹਿਬ ਤੁਰਲਾ ਜਾਂਦਾ, ਤੂੰ ਆਪਣੇ ਖਾਣੇ ਵੱਲ 'ਚ ਵੇਖ, ਇਹ ਐਵੇਂ ਬਣਿਆ ਅੰਨਾ ਸਬਬ ਨਾਲ ਹਮਨੇ ਜ਼ੋਰਦਾਰ ਬਾਰਿਸ਼ਾਂ ਬਰਸਾਈ, ਹਮਨੇ ਜ਼ਮੀਨ ਕੋ ਫਾੜਾ ਹੈ, ਹਮਨੇ ਉਸਮੇ ਹਰ ਹੈ ਚ ਹਮਨੇ ਆਉਂਦਾ। ਇਸ ਤੋਂ ਤੂੰ ਇਹ ਹੀ ਵੇਖ ਲਿਆ ਵੀ ਰੋਟੀ ਗੋਲ ਆ ਗਈ ਤੇਰੇ ਸਾਹਮਣੇ, ਜਿਹਨੂੰ ਪਿੱਛੇ ਨਹੀਂ ਨਜ਼ਰ ਆਇਆ ਕਿ ਜਿਹਨੂੰ ਤੇਰੀ ਇੰਨੀ ਫਿਕਰ ਸੀ ਭੁੱਖ ਲੱਗੀ ਇਹਦੇ ਲਈ ਇੰਤਜ਼ਾਮ ਕਰਨਾ ਪੈਣਾ। ਔਰ ਇਹਦੇ 'ਚ ਤੁਸੀਂ ਵੇਖਦੇ ਜੋ ਉਹਦੀ ਪਰਵਰਦਗਾਰੀ ਆ ਰਬੂਬੀਅਤ ਇੰਨੀ ਆ ਵੀ ਗਲੋਂ ਨਹੀਂ ਲਾਇਆ ਇੱਕੇ ਤਰ੍ਹਾਂ ਦਾ ਖਾਣਾ ਰੋਜ਼ ਖਾਈਏ, ਨਹੀਂ ਉੱਥੇ ਵੀ ਤਰ੍ਹਾਂ ਤਰ੍ਹਾਂ ਦੇ ਚਟਕਾਰੇ ਆ, ਕਿਧਰੇ ਪਕੌੜੇ ਬਣ ਰਿਹਾ, ਕਿਧਰੇ ਸਮੋਸੇ ਬਣ ਰਿਹਾ, ਕਿਧਰੇ ਤੁਸੀਂ ਨਾਲ ਹੋਰ ਸ਼ਾਇ ਕੱਟੀਆਂ ਇੰਨੀਆਂ ਦੇ ਰਿਹਾ ਕਿ ਮੇਰਾ ਬੰਦਾ ਬਦ ਮਜ਼ਾ ਨਾ ਆਵੇ, ਗਿਲਾ ਨਾ ਕਰੇ ਕਿ ਰੱਬ ਕੋਈ ਯਾਰ ਇੱਕੋ ਹੀ ਖਾਣਾ ਸੀ, ਵੈਰਾਇਟੀ ਤਰ੍ਹਾਂ ਤਰ੍ਹਾਂ। ਇਸ ਤਰ੍ਹਾਂ ਰੱਬ ਲਾਲਮੀਨ ਸੁਣਾਉਂਦੇ ਕਿ ਮੈਂ ਇਹ ਦੁਨੀਆ ਜਿਹੜੀ ਬਣਾਈ, ਦਹਰ ਜੋ ਜਲਵਾ ਇਕਤਾ ਹੀ ਹੈ ਮਹਬੂਬ ਨੇ, ਹਮ ਕਹਾਂ ਹੋਤੇ ਅਗਰ ਹੁਸਨ ਨਾ ਹੋਤਾ ਖੋਦੀ। ਕਮਾਲ ਕਰਤੀ ਗਾਲਮ ਨੇ ਹਰ ਬੰਦੇ ਦੇ ਜ਼ਿਹਨ 'ਚ, ਰੱਬ ਨੇ ਦੁਨੀਆ ਕਿਉਂ ਬਣਾਈ? ਰੱਬ ਨੂੰ ਕੋਈ ਜ਼ਰੂਰਤ ਨਹੀਂ, ਉਹ ਇਹ ਤੋਂ ਬਗੈਰ ਵੀ ਰੱਬ ਸੀ, ਫਿਰ ਵੀ ਫਨਾ ਹੋ ਜਾਣਾ ਰੱਬ, ਉਹ ਨਹੀਂ ਮੁਹਤਾਜ। ਮਗਰ ਬੰਦਿਆਂ ਨੂੰ ਰੱਬ ਦਾ ਪਤਾ ਲੱਗੇ, ਜਾਣਨ ਕਿ ਸਾਡਾ ਕੋਈ ਮਾਲਕ ਆ। ਇਸ ਪਾਰੋਂ ਹਮ ਕਹਾਂ ਹੋਤੇ ਅਗਰ ਹੁਸਨ ਨਾ ਹੋਤਾ ਖੁਦ, ਹੁਸਨ ਚਾਹੁੰਦਾ ਨਾ ਕਿ ਮੈਂ ਜੋ ਖੂਬਸੂਰਤ ਹਾਂ ਮੇਰੇ ਹੁਸਨ ਦਾ ਪਤਾ ਲੱਗਣਾ ਚਾਹੀਦਾ,
ਜਿਹੜਾ ਆਲਮ ਤਕਰੀਰ ਕਰਨਾ ਜਾਣਦਾ ਹੁੰਦਾ ਚਾਹੁੰਦਾ ਮੇਰੇ ਯਾਰ ਹੁਸਨੇ ਖਤਾਬ ਦਾ ਪਤਾ ਲੱਗੇ, ਜੇ ਆਦਮੀ ਡਾਕਟਰ ਅੱਛਾ ਉਹ ਚਾਹੁੰਦਾ ਮੇਰੇ ਇਲਾਜ ਅੱਛੇ ਦਾ ਪਤਾ ਲੱਗੇ। ਹੁਸਨ ਖੁਦ ਚਾਹੁੰਦਾ ਹੈ, ਸਿਰਫ ਇਹੋ ਨਹੀਂ ਗੋਰੇ ਚਿੱਟੇ ਰੰਗ ਦੀ ਗੱਲ, ਕੋਈ ਹੁਸਨ ਵੀ ਜਿਹੜਾ ਉਹ ਚਾਹੁੰਦਾ ਮੇਰੀ ਨੁਮਾਇਸ਼ ਹੋਵੇ। ਹਮ ਕਹਾਂ ਹੋਤੇ ਅਗਰ ਹੁਸਨ ਨਾ ਹੋਤਾ ਖੁਦ, ਹੁਸਨ ਦੀ ਆਦਤ ਨਾ ਹੁੰਦੀ ਵੀ ਆਪਣਾ ਵਿਖਾਉਣਾ ਚਾਹੁੰਦਾ, ਦੁਨੀਆ ਕਿੱਥੋਂ ਬਣਨੀ, ਰੱਬ ਦਾ ਕੁਛ ਹੀ ਨਹੀਂ ਛੁੜਿਆ, ਮਗਰ ਆਪਣਾ ਹੁਸਨ ਦਿਖਾਉਣ ਲਈ, ਆਪਣਾ ਜਮਾਲ ਔਰ ਨਜ਼ਾਰਾ ਦਿਖਾਉਣ ਲਈ ਦੁਨੀਆ ਪੈਦਾ ਕਰ। ਇਸ ਤੋਂ ਅਲਾ ਰੱਬ ਲਾਲਮੀ ਰਮਾਉਂਦੇ ਜੇ ਮਾਰਫਤ ਔਰ ਪਹਿਚਾਣ ਦਾ ਇਹ ਮਤਲਬ ਕੋਈ ਸਮਝਦਾ, ਰੱਬ ਵੇਖ ਲਵਾਂ ਤਾਂ ਬੇਵਕੂਫ ਹੈ। ਇਸ ਦੁਨੀਆ 'ਚ ਦਰਵਾਜ਼ਾ ਬੰਦ ਹੈ, ਇਹਨੂੰ ਸੀਲ ਕੀਤਾ ਗਿਆ, ਇੱਥੇ ਇਮਾਨ ਬਿਲਗੈਬ ਹੀ ਰੱਖਣਾ, ਬਿਨ ਦੇਖਿਆ ਮੰਨਣਾ, ਨਿਸ਼ਾਨੀਆਂ ਤੋਂ ਪਹਿਚਾਣਾ। ਨਿਸ਼ਾਨੀਆਂ ਲਈ ਫਿਰ ਅੱਲਾਹ ਤਾਲਾ ਨੇ ਆਪਣੇ ਕਲਾਮ ਨੂੰ ਥਾਂ ਥਾਂ 'ਤੇ ਭਰਤਾ, ਜਿਹਨਾਂ 'ਚੋਂ ਮੈਂ ਅੱਜ ਤੁਹਾਡੇ ਸਾਹਮਣੇ ਜਿਹੜਾ ਹਿੱਸਾ ਪੜ੍ਹਿਆ, ਇੱਥੇ ਬਹੁਤ ਖੂਬਸੂਰਤੀ ਨਾਲ ਅੱਲਾਹ ਤਾਲਾ ਨੇ ਆਪਣੀ ਬਹੁਤ ਸਾਰੀ ਸਿਫਤਾਂ ਦਾ ਬਿਆਨ ਕੀਤਾ। ਐਸਾ ਗੁਲਦਸਤਾ ਹੈ ਵੀ ਬਿਲਕੁਲ ਦਿਲ ਖੁਸ਼ ਹੁੰਦਾ, ਹਰ ਫੁੱਲ ਜਿਹੜਾ ਨਾ ਖਿੱਚਦਾ ਵੀ ਮੇਰੇ ਰੱਬ ਦੀਆਂ ਐਸ਼ਾਨ। ਅੱਲਾਹ ਨੇ ਆਖਿਆ ਇੱਥੇ ਅਸਮਾਰ ਸਿਫਾਤ ਹੀ ਵਸੀਲਾ, ਮੇਰੇ ਨਾਂ 'ਚ ਮੇਰੀਆਂ ਸਿਫਤਾਂ, ਇਹ ਪੜ੍ਹਿਆ ਕਰੋ, ਇਹਨਾਂ ਦਾ ਵਿਰਧ ਕਰੋ। ਜਿਹਦੇ ਲਈ ਅੱਲਾਹ ਦੇ ਰਸੂਲ ਪਾਕ ਅਲੈਹਿ ਸਲਾਮ ਨੇ ਫਰਮਾਇਆ, ਅੱਲਾਹ ਦੇ 99 ਨਾਂ ਹੈ, ਜਿਹੜਾ ਉਹਨਾਂ ਨੂੰ ਯਾਦ ਕਰ ਲੈ ਉਹ ਜੰਨਤ 'ਚ ਦਾਖਲ ਹੋਊਗਾ। 99 ਬਾਕੀ ਫਰਮਾਇਆ ਹੈ ਅਣਗਿਣਤ, ਲਾਹੌਰ ਅਸਮਾਲ ਹੁਸਨਾ, ਸ਼ੁਮਾਰ ਹੀ ਨਹੀਂ ਕਿੰਨੇ ਉਹਨੇ ਦੱਸੇ ਔਰ ਕਿੰਨੇ ਇਸ ਇੰਦਲ ਗੈਬ ਇੰਦਲ, ਕੋਈ ਆਪਣੇ ਇਲਮੇ ਗੈਬ 'ਚ ਛੁਪਾ ਕੇ ਰੱਖੇ ਉਹਦਾ ਕਿਸੇ ਨਬੀ ਵਾਲੀ ਇਹਨੂੰ ਹੀ ਨਹੀਂ ਪਤਾ, ਮਗਰ ਜਿੰਨੇ ਕੁ ਦੱਸੇ ਉਹਨਾਂ ਜੋ ਆਖਰ 99 ਕਾਫੀ ਹੈ। ਇਹਨਾਂ ਦਾ ਕੋਰਸ ਕਰ ਲਓ, ਇਹਨਾਂ ਨੂੰ ਸਮਝ ਲਓ, ਤੁਹਾਨੂੰ ਰੱਬ ਦੀ ਪਹਿਚਾਣ ਹੋ ਜੂ। ਹੈਂ ਕੋਈ ਸ਼ਖਸ ਮੈਨੂੰ ਨਹੀਂ ਮਿਲਿਆ, ਮੇਰੀ ਸ਼ਕਲ ਨਹੀਂ ਉਹਨੇ ਵੇਖੀ, ਕਿਸੇ ਨੂੰ ਬੋਲਿਆ ਯਾਰ ਮੌਲਾਨਾ ਕਾੜੀ ਆ, ਹਾਫਿਜ਼ ਆਲਮ ਆ, ਫਲਾਂ ਹੈ, ਫਲਾਂ ਫਲਾਂ, ਉਹ ਮੇਰੀ ਸਿਫਾਤ ਦੇ ਜ਼ਰੀਏ ਤਾਰਫ ਕਰਾਉਂਦਾ। ਅੱਲਾਹ ਵੀ ਆਉਂਦਾ ਜ਼ਾਤ ਦਾ ਦੀਦਾਰ ਖੁਦ ਅੱਲਾਹ ਨੂੰ ਵੇਖਣਾ, ਇਹ ਨਹੀਂ ਹੋਣਾ। ਜੇ ਸ਼ਾਨਾ ਵੇਖਣਾ ਚਾਹੁੰਦੇ ਜੇ, ਮੇਰੇ ਕਲਾਮ 'ਚੋਂ ਮੈਂ ਉਹਨਾਂ ਦਾ ਜ਼ਿਕਰ ਕਰਤਾ, ਉਹ ਹਿੱਸੇ ਪੜ੍ਹੋ। ਉਹਨਾਂ 'ਚੋਂ ਕਈ ਹਿੱਸੇ ਐਸੇ ਜਿਹਨਾਂ ਦਾ ਅੱਲਾਹ ਰਸੂਲ ਨੇ ਬਹੁਤ ਜ਼ਿਕਰ ਕੀਤਾ, ਉਹਨਾਂ ਦੀ ਬੜੀ ਤਾਰੀਫ ਕੀਤੀ, ਜਿਹਨਾਂ